संगत जी ट्यूसडे मॉर्निंग सेवा तो शुरू हो गई है मेडिसिन की, बट लगातार परेशानियां भी आ रही, नवा सिस्टम डेवलप हो रहा है। तो कि इंजेक्शन है यूरोग्राफिन दे भाजी? ए वाला यूरोग्राफिन दे ना? हाँ। कोई गल नहीं, तुसी ना इत्थों दुकान है तुहानू दस देना, उत्थों जाके वहां से जाके ले लो, ठीक है जी। आपके साथ कोई नहीं है? कौन? दादी है, एक कुड़ी है। हां दादी है मेरी। और कोई भी नहीं है? परेशानी क्या है? बहुत सारे पेशेंट लगातार परेशान होकर इतने पहुंच रहे हैं, इसलिए कह रहे हैं सेवा बहुत ज्यादा इम्पोर्टेंट है। मोहम्मद जी आए, कितों आए, कहाँ से आए हो? सहारनपुर से। कितने रुपए की दवाई है आपकी? 500-700 की? 500-600 रुपए की दवाई है, लेकिन इम्पोर्टेंट है नहीं, ताही थानू कह रहे हैं कि ट्यूजडे मॉर्निंग सवेरे 6 to 7:30 PJ एमरजेंसी के गेट नंबर 1 सेवा चल रही है। ਤੁਹਾਡੇ ਸਹਿਯੋਗ ਦੀ ਲਗਾਤਾਰ ਲੋੜ ਹੈ, ਲਗਾਤਾਰ ਲੋੜ ਹੈ। ਪਲੀਜ਼ ਇਸ ਦੇ ਵਿੱਚ ਸੇਵਾ ਨਿਭਾਇਓ। ਬਾਕੀ ਪੇਸ਼ੈਂਟ ਦਵਾਈਆਂ ਦੇ ਕੇ ਆਏ ਹਾਂ, ਬਟ ਫਿਰ ਵੀ ਪੇਸ਼ੈਂਟ ਲਗਾਤਾਰ ਆਈ ਜਾਂਦੇ, ਕਰੀਏ ਕਿਆ ਹੁਣ? ਸੋ ਕਿਰਪਾ ਕਰਕੇ ਇਹਨੂੰ ਪ੍ਰਵਾਨ ਕਰਿਓ, ਇੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ। ਟ੍ਰਾਈ ਸਿਟੀ ਦੇ ਰੈਜੀਡੈਂਟ ਨੂੰ ਅਪੀਲ ਕਰ ਰਿਹਾ, ਪਲੀਜ਼ ਕਾਲ ਨਾ ਮਾਰਿਓ ਸਵੇਰੇ 6 to 7:30 PJ ਐਮਰਜੈਂਸੀ ਦੇ ਬਾਹਰ ਚਾਹ ਦੇ ਲੰਗਰ ਲੱਗ ਰਹੇ ਹੁੰਦੇ, ਉੱਥੇ ਜ਼ਰੂਰ ਪਹੁੰਚਿਓ। ਦਵਾਈਆਂ ਦੀ ਸੇਵਾ ਉੱਥੇ ਸ਼ੁਰੂ ਕੀਤੀ ਗਈ ਹੈ, ਸੰਗਤ ਦੇ ਸਹਿਯੋਗ ਦੇ ਨਾਲ ਕੀਤੀ ਗਈ ਹੈ। ਅਸੀਂ ਵੀ ਤੁਹਾਡੇ ਵਰਗੇ ਆਮ ਲੋਕ ਹੀ ਹੈ, ਇਕੱਠੇ ਹੋ ਕੇ ਐਜ਼ ਅ ਟੀਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਭਾਜੀ। ਮੈਂ ਦੇਖ ਰਿਹਾ ਸੀ ਲੋਕਾਂ ਕੋਲ 150-150 ਰੁਪਏ ਚਸ਼ਮੇ ਲਗਾਉਣ ਤੇ ਪੈਸੇ ਨਹੀਂ ਹੈਗੇ। ਪਹਿਲਾਂ ਤੋਂ ਹੀ ਆਏ ਹੈ, ਅੱਜ ਤੋਂ ਨਹੀਂ, ਬਹੁਤ ਚਿਰਾਂ ਤੋਂ ਚੱਲ ਰਹੇ, ਬਹੁਤ ਚਿਰਾਂ ਤੋਂ। ਸਾਡੇ ਘਰਾਂ 'ਚ ਬਿਮਾਰੀ ਨਹੀਂ ਬੜੀ ਨਾ, ਤਾਂ ਸਾਨੂੰ ਇਸ ਗੱਲਾਂ ਦਾ ਅਹਿਸਾਸ ਨਹੀਂ ਹੈ। ਪਰਮਾਤਮਾ ਨੇ 4 ਪੈਸੇ ਜੇਬ 'ਚ ਪਾਏ ਹੋਏ ਆ, ਬਿਲਕੁਲ ਤਾਂ ਚੱਲੀ ਜਾਂਦਾ। ਉਸ ਪਾਸੇ ਵੀ ਪੈਸਾ ਖਰਚਦੇ ਆ ਨਾ, ਕਿ ਕਮ ਸੇ ਕਮ ਜੇ ਆਪਣੇ ਦਿਲੋਂ ਇਮਾਨਦਾਰੀ ਨਾਲ ਰੱਖ ਕੇ ਇਹ ਜੋ ਮਾਇਆ ਵਾ ਇਹ ਇਹਨਾਂ ਸੱਜਣਾਂ ਨੂੰ ਦਿੱਤੀ ਹੈ, ਆਪੂ ਸੇਵਾ ਹੋ ਜੇ ਉਹਦੇ ਅਰਗੀ ਨਹੀਂ ਕੋਈ ਨਹੀਂ ਮੇਰੇ। ਪਲੀਜ਼ ਵੀਡੀਓ ਨੂੰ ਸ਼ੇਅਰ ਕਰਕੇ ਪਹੁੰਚਾ ਦਿਓ। ਇਹ ਸੇਵਾ ਤਾਂ ਤੁਸੀਂ ਆਨਲਾਈਨ ਹੀ ਕਰ ਸਕਦੇ ਹੋ, ਸਿਰਫ ਬੂਟਾ ਦੱਬਣਾ, ਇਹ ਤੁਸੀਂ ਜ਼ਰੂਰ ਕਰ ਸਕਦੇ ਹੋ। ਤੁਸੀਂ ਸਿੱਧੀ ਵੀ ਇਹ ਸੇਵਾ ਕਰ ਸਕਦੇ ਹੋ ਉੱਥੇ? ਹਾਂ ਜੇ ਤੁਸੀਂ ਸਿੱਧੀ ਸੇਵਾ ਦੁਕਾਨ ਤੇ ਸੇਵਾ ਕਰਨੀ ਤਾਂ ਵੀ ਕਰ ਸਕਦੇ ਹੋ, ਮੈਂ ਦਵਾਈਆਂ ਤੇ ਸੇਵਾ ਦੇ ਬਿੱਲ ਉਤਾਰ ਸਕਦੇ ਹੋ, ਉਹ ਵੀ ਬਹੁਤ ਵਧੀਆ ਰਹੇਗਾ।